ਬੱਲੇ 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 ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਕਿਵੇਂ ਆ ਕੀ ਕਰ ਜਾਂਦੇ ਬਸ ਬੱਚਿਆਂ ਦਾ ਕੀ ਹਾਲ ਠੀਕ ਨੇ ਮੈਨੂੰ ਮੈਨੂੰ ਕਦੇ ਰੱਖਣ ਨੀ ਸੀ ਦਿੱਤੇ ਮੇਰੀ ਗੱਲ ਸੁਣ ਪਾ ਤੂੰ ਬਗਾਲੇ ਘਰ ਜਾਣਾ ਸੀ ਇਹ ਹੁਣ ਆਪਦੇ ਘਰ ਆ ਚੰਗੇ ਨੀ ਹੁੰਦੇ ਮੈਂ ਕਹੂੰਗੀ ਤਾਂ ਸਹੀ ਪਰ ਅੱਜ ਮੈਂ ਉਹਨੂੰ ਕਿਹਾ ਤੂੰ ਬਨ ਸਵਰ ਕੇ ਰਿਹਾ ਕਰ ਮਸਾਂ ਦਾ ਉਹਨੇ ਮਾੜਾ ਮੋਟਾ ਉਹ ਤਾਂ ਫਿਰਦੀ ਆ ਜਿਵੇਂ ਹੁਣੇ ਹੁਣੇ ਫਿਲਮਾਂ ਚ ਕੰਮ ਕੰਮ ਜਾਣਾ ਹੁੰਦਾ ਉਹਨੇ ਹਿੰਮਤ ਮਾਲ ਨੀ ਬਣੀ ਕੁਛ ਨੀ ਹੁੰਦਾ ਮੈਂ ਹੀ ਕਿਹਾ ਵੀ ਤਿਆਰ ਹੋ ਕੇ ਰਿਹਾ ਕਰ ਮੰਮੀ ਇੰਨਾ ਥੋੜੀ ਐਡੇ ਐਡੇ ਤੋਂ ਨੇ ਕਾਂਟੇ ਪਾਏ ਹੋਏ ਨੇ ਫਿਰ ਕੀ ਹੋ ਗਿਆ ਹੁਣ ਪਾਉਣਾ ਹੀ ਆ ਜਾਂ ਵਿਆਹ ਕੇ ਲਿਆਂਦੀ ਆ ਚੰਗਾ ਭਾਵੇਂ ਇਦੋਂ ਵੀ ਵੱਡੇ ਪਾ ਲਓ ਮੈਨੂੰ ਕੀ ਆਹ ਤੈਨੂੰ ਪਾਉਣ ਨਹੀਂ ਦਿੰਦੇ ਤੇਰੇ ਕੋਲ ਹੈ ਨਹੀਂ ਕਿ ਤੂੰ ਪਾਉਂਦੀ ਨਹੀਂ ਮੰਮੀ ਮੈਨੂੰ ਨਹੀਂ ਵਧੀਆ ਲੱਗਦੇ ਫਿਰ ਤੈਨੂੰ ਨਹੀਂ ਵਧੀਆ ਲੱਗਦੇ ਉਹਨੂੰ ਤਾਂ ਲੱਗਦੇ ਮੈਨੂੰ ਵੀ ਲੱਗਦੇ ਆ ਐਵੇਂ ਭਾਜੀ ਹਾਂ ਇਹਨਾਂ ਕਰਿਆ ਕਰ ਆ ਕੇ ਨਾ ਐ ਹਿਮਾ ਵਾਲੇ ਜੀ ਬਣ ਕੇ ਰਹਿੰਦੀ ਆ ਕੋਈ ਨਾ ਫਿਰ ਸੋਹਣੀ ਲੱਗਦੀ ਆਹੋ ਮੈਂ ਹੀ ਸੋਹਣੀ ਲੱਗਦੀ ਨਾ ਨਹੀਂ ਪਤਾ ਤੂੰ ਵੀ ਸੋਹਣੀ ਲੱਗਦੀ ਆ ਤੂੰ ਕਿਹੜਾ ਸਿੱਟੀ ਹੋਈ ਹਾਂ ਹੁਣ ਤਾਂ ਮਸਾਂ ਵਾਚ ਤਿਆਰ ਹੋਣ ਨੂੰ ਕਿਹਾ ਤਾਂ ਮਾੜੀ ਜਿਹਾ ਕਰਮਾ ਵਾਲੀ ਆ ਕਿਸਮਤ ਵਾਲੀ ਆ ਅੱਛਾ ਮੈਂ ਕਰਮਾ ਵਾਲੀ ਨਹੀਂ ਸੀ ਤਾਂ ਤੇਰੀ ਹਿਮਾ ਵਾਲੀ ਮਤਲਬ ਪਾਣੀ ਦਾ ਲੈ ਕੇ ਨਹੀਂ ਹਲ ਤੱਕ ਆ ਜਾਂਦੀ ਆ ਆ ਜਾਂਦੀ ਆ ਸਿਰ ਚੜਾਈ ਪਈ ਆ ਤੇ ਆ ਜਾਂਦੀ ਆ ਫੈਸ਼ਨਾਂ ਤੋਂ ਵਿਹਲ ਮਿਲੇ ਤਾਂ ਹੀ ਆਊਗੀ ਹੁਣ ਤਾਂ ਨਹੀਂ ਹੁਣ ਤਾਂ ਤਿਆਰ ਹੋ ਗਈ ਦੀਦੀ ਪਾਣੀ ਬਹੁਤ ਠੰਡਾ ਪਾਣੀ ਆ ਮੈਂ ਨਹੀਂ ਪੀਣਾ ਮੇਰਾ ਗਲਾ ਖਰਾਬ ਹੋ ਗਿਆ ਕੋਈ ਨਹੀਂ ਦੀਦੀ ਗੁੱਸਾ ਕਰਕੇ ਲਿਆ ਦੇ ਹਾਂ ਮੈਂ ਗੁੱਸਾ ਕਰਕੇ ਲੈ ਆਉਂਦੀ ਹਾਂ ਇੰਨੇ ਚਿਰਾਂ ਬਹੁਤ ਘਰੇ ਆਈਦਾ ਪਾਣੀ ਫੇਰ ਠੰਡਾ ਮੱਥੇ ਮਾਰਤਾ ਮੈਨੂੰ ਇੰਨੀ ਠੰਡ ਲੱਗਦੀ ਚੱਲ ਮੈਂ ਤਾਂ ਮੀਂਹ ਆ ਗਿਆ ਹਾਂ ਠੰਡ ਬਹੁਤ ਹੋ ਗਈ ਹੋਰ ਆ ਮੈਨੂੰ ਤਾਂ ਹੋਰ ਠੰਡ ਲੱਗ ਗਈ ਸੂਟ ਲਿਆਉਂਦੇ ਆ ਹਾਏ ਆ ਕਿੱਡਾ ਸੋਹਣਾ ਮੰਮੀ ਇਹ ਕਿਹਦਾ ਹਾਏ ਕਿੱਡਾ ਸੋਹਣਾ ਆ ਸੱਚੀ ਗੱਲ ਮੰਮੀ ਦੋ ਨੇ ਆ ਵੀ ਇੱਕ ਦੂਜਾ ਦਾ ਮੈਂ ਤਾਂ ਆ ਲੈਣਾ ਦੂਜਾ ਮੈਂ ਨਹੀਂ ਉਹ ਲੈਣਾ ਨਹੀਂ ਮੈਂ ਤਾਂ ਦੂਜਾ ਲੈਣਾ ਦੂਜੇ ਰੰਗ ਦਾ ਤਿੱਤਰ ਕੰਬਾ ਜਿਹਾ ਦੀਦੀ ਆਹ ਲੈ ਕੋਈ ਚਾਹ ਪਾਣੀ ਮੈਂ ਤਾਂ ਉਹ ਹੀ ਲੈਣਾ ਮੰਮੀ ਮਨ ਚ ਆਇਆ ਨਾ ਮੰਮੀ ਆਏ ਨਾ ਤਾਂ ਕਰਿਆ ਕਰ ਜਿਹੜਾ ਕਹਿੰਦੀ ਤੇਰੇ ਵਾਸਤੇ ਲਿਆਉਣੀ ਆ ਦੂਰ ਰੱਖਿਆ ਤਾਂ ਕੀ ਹੋ ਗਿਆ ਦੀਦੀ
ਕੁਛ ਨਹੀਂ ਆ ਸੂਟ ਮੈਂ ਜਿਹੜਾ ਉਹਦੇ ਵਾਸਤੇ ਲਿਆਉਣੀ ਆ ਉਹ ਲੈ ਲਿਆ ਕਰੇ ਆ ਮੇਰੇ ਤੋਂ ਸਾਥੀ ਦੀ ਜੇ ਪਸੰਦ ਸੀ ਮੈਂ ਤਾਂ ਪਹਿਲੇ ਹੀ ਕਿਹਾ ਸੀ ਮੰਮੀ ਨੂੰ ਕਿ ਮੈਂ ਆ ਰੱਖ ਲੈਣੀ ਆ ਲੈ ਜੇ ਤੁਹਾਨੂੰ ਪਸੰਦ ਇਦਾਂ ਕਰੋ ਦੋਨੇ ਰੱਖ ਲਓ ਕੋਈ ਨਹੀਂ ਮੈਂ ਤਾਂ ਹੋਰ ਲੈ ਲੂੰ ਦਿੰਦੇ ਰਹਿੰਦੇ ਮੰਮੀ ਅੱਛਾ ਠੀਕ ਆ ਚਲੋ ਚੰਗਾ ਦੀਦੀ ਮੈਂ ਚਾਹ ਬਣਾ ਕੇ ਲੈ ਕੇ ਚਾਹ ਬਣਾ ਲਿਆ ਤੁਸੀਂ ਨਾ ਪੈਸੇ ਇਹਦੀ ਜੇਬ ਤੋਂ ਜਾਂਦੇ ਨੇ ਅਖੇ ਦੋਨੇ ਰੱਖ ਲਾ ਲੈ ਗਈ ਫਿਰ ਹੋਰ ਇਹ ਤੋਂ ਵਧੀਆ ਲੈ ਲੂਗੀ ਫਿਰ ਆਪ ਹੁਣ ਇਹੀ ਚਾਹੁੰਦੀ ਆ ਉਹ ਤਾਂ ਹੀ ਕਹਿਤਾ ਦੋਨੇ ਪਸੰਦ ਨਹੀਂ ਹੋਣੇ ਤਾਂ ਹੀ ਮੈਨੂੰ ਕਹਿਤਾ ਇਹਦੇ ਗੱਲ ਮੜਦੇ ਮਾਤਾ ਦੋਨੇ ਚੱਲ ਮੈਂ ਹੋਰ ਲੈ ਲੂ ਨਵਾਂ ਚੱਲ ਕੋਈ ਨਾ ਬਰ ਹਾਂ ਚੱਲ ਕੋਈ ਨਾ ਕਰਕੇ ਤੇਰਾ ਸਰ ਜਾਂਦਾ ਵਾ ਆਹੋ ਹੋਰ ਲੈਣੇ ਹੋਣੇ ਆ ਨਾ ਉਹਦੇ ਪਸੰਦ ਨਹੀਂ ਹੋਣੇ ਤਾਂ ਹੀ ਮੇਰੇ ਮੱਥੇ ਮੜ ਗਈ ਮੱਥੇ ਕਾਹਨੂੰ ਮੜ ਗਈ ਤੇਜ਼ ਆ ਮਾਤਾ ਤੂੰ ਕਿਹਾ ਨਾ ਜਦ ਵੀ ਮੈਨੂੰ ਤਾਂ ਆ ਪਸੰਦ ਆ ਉਹ ਕਹਿੰਦੇ ਚੱਲ ਤੁਸੀਂ ਦੋਹੇ ਰੱਖ ਲਓ ਮੰਮੀ ਉਹਦੇ ਪੈਸੇ ਲੱਗੇ ਨਾ ਪੈਸੇ ਉਹਦੇ ਪੈਸਾ ਲੱਗੇ ਨਹੀਂ ਉਹਨੂੰ ਪਤਾ ਵੀ ਆਪਾਂ ਕਹਿ ਦਾਂਗੇ ਦੀਦੀ ਲੈ ਗਈ ਜੀ ਆਪਾਂ ਨੂੰ ਹੋਰ ਮਿਲਣਗੇ ਜੇ ਲੈ ਕੇ ਦਿੰਦੀ ਆ ਤਾਂ ਹੀ ਸਿਰ ਚੜ੍ਹਦੀ ਆ ਚੱਲ ਕੋਈ ਨਾ ਪਤਾ ਉਹ ਵੀ ਮੇਰਾ ਬਹੁਤ ਪਿਆਰ ਕਰਦੀ ਹੈ ਜੇ ਮੇਰਾ ਪਿਆਰ ਕਰਦੀ ਹੈ ਤਾਂ ਹੀ ਮੈਂ ਕਰਦੀ ਪੀਣਾ ਮੰਮੀ ਜਮਾ ਠੰਡੀ ਆ ਰਹਿਣ ਦੇ ਨਿਰਾ ਮਿੱਠਾ ਅੱਜਾ ਪੀਣੀ ਆ ਬਹੁਤ ਮਿੱਠਾ ਬਕਵਾਸ ਬਣਾਈ ਪੀਣੇ ਚਾ ਚੰਗੀ ਵਾਲੀ ਚੀਜ਼ ਨੂੰ ਨੱਕ ਵੱਲ ਮਾਰੀ ਜਾਂਦੀ ਆ ਇੰਨੀ ਸਵਾਦ ਚਾਹ ਨਾ ਕੁਛ ਨਾਲ ਨੂੰ ਲੈ ਕੇ ਚਾਹ ਦੇ ਨਾ ਬਿਸਕੁਟ ਨਾ ਕੋਈ ਭੁਜੀਆ ਨਾ ਕੋਈ ਮੱਠੀ ਹਾਂ ਆ ਜਾਓ ਇਹਨਾਂ ਦੇ ਘਰੇ ਆ ਕੇ ਪੀ ਲਓ ਚਾਹ ਸਿੰਮੀ ਆਪਣਾ ਆਪਾਂ ਗੜਗੜਾਇਣ ਜਿਹਾ ਚਾਹ ਬਣਾ ਕੇ ਰੱਖਦੀ ਹਾਂਜੀ ਅੰਮੀ ਆ ਚਾਹ 'ਚ ਨਾ ਦੁੱਧ 'ਚ ਪੱਤੀ ਪਾ ਕੇ ਲਿਆ ਦੇ ਦੀਦੀ ਨੂੰ ਵਧੀਆ ਨਹੀਂ ਲੱਗੀ ਚਾਹ ਤੇ ਮੈਨੂੰ ਤਾਂ ਠੀਕ ਆ ਨਾਲ ਬਿਸਕੁਟ ਵਗੈਰਾ ਲਿਆ ਦੇ ਮੇਰਾ ਪੁੱਤ ਹਾਂਜੀ ਉਹ ਵੀ ਲੈਣ ਜਾਂਦੀ ਸੀ ਉਹ ਟ੍ਰੇ ਛੋਟੀ ਸੀ ਮੈਂ ਕਿਹਾ ਦੂਜੀ 'ਚ ਲੈ ਆਉਣੀ ਆ ਹਾਂ ਕੋਈ ਟ੍ਰੇ ਤਾਂ ਲਿਆਉਣੀ ਆ ਛੁੱਟੀ ਤੇ ਮੈਨੂੰ ਤਾਂ ਠੀਕ ਲੱਗੀ ਰਾਣੇ ਆਪਾਂ ਚੱਲ ਕੋਈ ਨਾ ਜਿਹੜੇ ਰੰਗ ਚਾਹ ਚਲਾ ਤੇ ਉਹਦੇ ਰੋਟੀ ਚਲਾ ਦੂ ਨਹੀਂ ਵਧੀਆ ਬਣਾਉਂਦੀ ਆ ਪਤਾ ਨਹੀਂ ਕੀ ਬਣਾਉਂਦੀ ਪੀ ਕੇ ਦੇਖ ਲੈਣਾ ਤੂੰ ਮੰਮੀ ਵਾਲੀ ਚਾਹ ਨਿਰੀਪ ਖੰਡ ਸੀ ਜਿੱਦਣ ਭਜਾ ਕੇ ਬਹਿ ਗਈ ਨਾ ਸ਼ੂਗਰ ਪਾਤਾ ਪਤਾ ਤੈਨੂੰ ਉਦੋਂ ਲੱਗਣਾ ਚੱਲ ਕੋਈ ਨਾ ਕਦੇ ਕਦੇ ਤਾਂ ਪੀਣ ਨਾ ਕੁਛ ਨਹੀਂ ਹੁੰਦਾ ਪਰ ਮੈਂ ਦੇਖਦਾ ਨਾ ਕੀ ਪੰਦੀ ਹੁਣ ਮੈਂ ਜਾਣਾ ਕਿ ਤੁਸੀਂ ਆ ਤੀਜੀ ਵਾਰੀ ਕੱਪ ਮੁੜ ਕੇ ਆਇਆ ਤੀਜੀ ਵਾਰੀ ਚੱਲ ਕੋਈ ਨਾ ਤੂੰ ਪੀ ਮੈਂ ਰੋਟੀ ਦਾ ਕਹਿਣਾ ਕੀ ਖਾਏਂਗੀ ਹੱਥ ਜੋ ਮਰਜ਼ੀ ਬਣਾ ਲੈ ਮੈਂ ਕਹਿਣਾ ਨਾ ਵਾਤਾ ਹੁਣ ਮੈਨੂੰ ਬਾਹਰ ਹੀ ਬਿਠਾਈ ਰੱਖੋਗੇ ਤੇ ਠੰਡ ਚੱਲ ਅੰਦਰ ਚੱਲਦੇ ਆ ਠੰਡ ਦਾ ਤਾਂ ਆਪ ਕਹਿੰਦੇ ਆ ਚਾਹ ਪੀਣੀ ਆ ਤੂੰ ਤਾਂ ਮੈਂ ਚੱਪਲ ਚੱਲ ਤੂੰ ਅੰਦਰ ਹੀ ਪੀ ਲੂੰ ਜਾ ਹੋਰ ਚਲੋ ਚੱਲ ਹੋਰ ਕੋਈ ਨਹੀਂ ਮੈਂ ਮੌਸਮ ਬਹੁਤ ਬਦਲ ਚੱਲਿਆ ਹੋਰ ਠੰਡ ਬਹੁਤ ਲੱਗਦੀ ਮੈਂ ਤਾਂ ਆਪ ਕੋਟੀ ਪਾ ਆ ਚੱਕ ਲਾ ਮੰਮੀ ਅੱਜ ਮੋਟੀ ਚੱਕ ਲਾ ਕੋਈ ਨਾ ਭਾਈ ਰਹਿਣ ਦੇ ਚੰਗਾ ਲਿਆਓ ਰੋਟੀ ਚੱਕੋ ਮਾਤਾ ਰੋਟੀ ਖਾਓ ਤੁਸੀਂ ਚੱਕੜੀ ਤੂੰ ਵੀ ਖਾ ਆ ਜਾਣ ਦੇ ਚੱਕੋ ਮਾਤਾ ਰੋਟੀ ਪਿਆਜ਼ ਪੂਰੀ ਲਿਆ ਦੋ ਹੈਗਾ ਜੀ ਮਸਾ ਇੱਕੋ ਹੀ ਦੋ ਮੰਮੀ ਇੱਕ ਤੇ ਮੈਂ ਖਾ ਲੈਣੀ ਆ ਬਸ ਠੰਡੀ ਹੋ ਜੂਗੀ ਬਾਜੀ ਤੁਹਾਨੂੰ ਕੱਢਣੀ ਆ ਕੱਢ ਲਾ ਤੂੰ ਆ ਲਓ ਪਿਆਜ਼ ਜਿਹਨੇ ਪਿਆਜ਼ ਖਾਣਾ
ਇਹ ਜੀ ਨੂਣ ਕਿੰਨਾ ਮੰਮੀ ਕਾਹਦੇ ਚ ਦਾਲ ਚ ਹੋਰ ਕੀ ਹੁਣ ਤਾਂ ਠੀਕ ਹੋ ਗਿਆ ਜ਼ਿਆਦਾ ਮੰਮੀ ਨੂੰ ਅੱਛਾ ਠੀਕ ਆ ਇਹਦੇ ਉੱਪਰ ਕਾਲੀ ਮਿਰਚ ਤਾਂ ਪਾ ਲੈਣੀ ਸੀ ਭਾਬੀ ਲਿਆ ਦੀ ਨਹੀਂ ਦੀਦੀ ਕੋਈ ਗੱਲ ਨਹੀਂ ਮੈਂ ਚੰਗਾ ਲੱਗ ਜਾਂਦਾ ਆ ਕੀ ਆ ਇਹ ਦਾਲ ਆ ਕੜੀ ਬਣਾਈ ਪਈ ਆ ਦਾਲ ਦੀ ਹਾਂ ਜਦੋਂ ਦੀ ਤੂੰ ਆਈਆਂ ਚਬੜ ਚਬੜ ਲਾਈ ਜਾਂਦੀ ਆ ਹੈ ਤਾਂ ਆਪਣੇ ਆਪ ਤੋਂ ਸ਼ਰਮ ਨਹੀਂ ਮੰਨੀ ਵੀ ਮੇਰੀ ਮਾਂ ਬੋਲਦੀ ਨਹੀਂ ਮੈਂ ਨਾ ਬੋਲਾਂ ਜਦੋਂ ਦੀ ਆਈਆਂ ਕਦੇ ਚਾਹ ਚ ਨੁਕਸ ਕਦੇ ਰੋਟੀ ਚ ਨੁਕਸ ਕਦੇ ਦਾਲ ਚ ਨੁਕਸ ਇਹ ਕੋਈ ਗੱਲਾਂ ਨਹੀਂ ਹੁੰਦੀਆਂ ਘਰ ਨਹੀਂ ਵਾਸਤਾ ਦੇਖਣਾ ਚਾਹੁੰਦੀ ਮਾਪੇ ਸਦਾ ਨਹੀਂ ਬੈਠੇ ਰਹਿੰਦੇ ਹੁੰਦੇ ਇਹਨਾਂ ਨੇ ਕੰਮ ਆਉਣਾ ਵਾ ਮੇਰੀ ਤਾਂ ਇਹ ਇੰਨੀ ਸੇਵਾ ਕਰਦੀ ਆ ਨਹੀਂ ਕਿਸੇ ਨੇ ਕਰਨੀ ਕਿਸੇ ਦੀ ਮੇਰੀ ਗੱਲ ਸੁਣ ਧਿਆਨ ਨਾ ਸ਼ੂਗਰ ਦੀ ਬਿਮਾਰੀ ਮੈਨੂੰ ਆ ਜੇ ਇਹ ਨਾ ਮੇਰਾ ਧਿਆਨ ਰੱਖੇ ਤਾਂ 2 ਦਿਨ ਨਹੀਂ ਜਿਉਂ ਸਕਦੀ ਮੈਂ ਇੰਨਾ ਧਿਆਨ ਰੱਖੀ ਤੂੰ ਇਹ ਤੋਂ ਬਿਨਾਂ ਘਰੇ ਕੌਣ ਆ ਮੇਰੇ ਕੋਲ ਜਿਹੜਾ ਮੇਰੀ ਦੇਖਭਾਲ ਕਰੂ ਜਵਾਨ ਨੂੰ ਲਗਾਮ ਦਿਆ ਕਰ ਥੋੜ੍ਹੀ ਜਿਹੀ ਸਿਆਣੀਆਂ ਬੁੜੀਆਂ ਕਹਿੰਦੀਆਂ ਸੀ ਕਹਿੰਦੀਆਂ ਮਾਪੇ ਸਦਾ ਨਾ ਧੀਆ ਜੱਗ ਜਾਣ ਤੇਰੇ ਭਾਈ ਤੂੰ ਤਾਂ ਪਹਿਲਾਂ ਹੀ ਭਰਜਾਈ ਨੂੰ ਨੈਗੇਟਿਵ ਕਰੀ ਜਾਂਦੀ ਆ ਹਰੇਕ ਗੱਲ ਵਿੱਚ ਤੂੰ ਤਾਂ ਸਾਡੀ ਵੀ ਨਹੀਂ ਬਣ ਦੇਣੀ ਇਸ ਹਿਸਾਬ ਨਾਲ ਇਹਨੇ ਅੱਜ ਤੱਕ ਮੈਨੂੰ ਪਾਣੀ ਦਾ ਗਲਾਸ ਨਹੀਂ ਇੱਥੋਂ ਉੱਥੇ ਰੱਖਣ ਦਿੱਤਾ ਚੱਕ ਇਹ ਤਾਂ ਮੈਂ ਖੁਦ ਅੱਖੀ ਦੇਖਿਆ ਪਤਾ ਕਿੰਨੀ ਸੇਵਾ ਕਰਦੀ ਆ ਉਹ ਕਦੇ ਮੈਂ ਕਿਸੇ ਕੰਮ ਨੂੰ ਹੱਥ ਨਹੀਂ ਲਾਇਆ ਉਹ ਕਰੇ ਨਾ ਕਰੇ ਰੋਟੀ ਖਾਣ ਜੀ ਨਹੀਂ ਕਰਦਾ ਤੇਰੀਆਂ ਗੱਲਾਂ ਸੁਣ ਕੇ ਮੈਨੂੰ ਆਏ ਸੀ ਵੀ ਸੁੱਖ ਸ਼ਾਂਤੀ ਨਾਲ ਚਲੀ ਜਾਵੇ ਜੇ ਤੂੰ ਮੇਰੇ ਘਰ ਚ ਕਲੇਸ਼ ਪਾਉਣਾ ਹੁੰਦਾ ਤਾਂ ਆਪਦਾ ਪੜਿਆ ਵਿਚਾਰ ਨਹੀਂ ਦੇਖ ਕੇ ਆਇਆ ਕਰ ਗੱਲ ਨਹੀਂ ਖਤਮ ਆ ਮੈਂ ਤਾਂ 100 ਗੱਲਾਂ ਚੱਕਣ ਵੇਖਤੀ ਪਰ ਇਹਨੂੰ ਨਾ ਕੁਛ ਕਹੀ ਮੈਨੂੰ ਕਦੇ ਕੰਮ ਨਹੀਂ ਕਰ ਦਿੱਤਾ ਮੈਨੂੰ ਇਹ ਵਧੀਆ ਸੇਵਾ ਕਰਦੀ ਆ ਮੇਰੀ ਸਾਰਾ ਦਿਨ ਵਿਚਾਰੀ ਲੱਗੀ ਰਹਿੰਦੀ ਰੋਜੀ ਇੱਕ ਗੱਲ ਦੱਸ ਮੈਨੂੰ ਜੇ ਤੇਰੀ ਨਣਦ ਤੇਰੇ ਨਾਲ ਇੱਦਾਂ ਕਰੇ ਤੈਨੂੰ ਦੁੱਖ ਨਹੀਂ ਲੱਗੂਗਾ ਉਹ ਇੱਦਾਂ ਨਹੀਂ ਕਰੇ ਚੁਗਲੀਆਂ ਲਾਵੇ ਉੱਧਰ ਜਾ ਕੇ ਤੈਨੂੰ ਨਹੀਂ ਪਤਾ ਰਾਣੇ ਤੂੰ ਤਾਂ ਘਰੇ ਨਹੀਂ ਸੀ ਕਦੇ ਚਾਹ ਨਹੀਂ ਠੀਕ ਕਦੇ ਆਹ ਨਹੀਂ ਠੀਕ ਕਦੇ ਆਹ ਨਹੀਂ ਠੀਕ ਫਿਰ ਆਪੇ ਬਣਾ ਕੇ ਖਾ ਲਿਆ ਕਰ ਮੈਂ ਤਾਂ ਇਹਨੂੰ ਕਹਿ ਦੇਣਾ ਵਾ ਵੀ ਸਿੰਮੀ ਤੂੰ ਰਸੋਈ 'ਚ ਨਹੀਂ ਵੜਨਾ ਜ਼ਿਆਦਾ ਜਾਂਦੀ ਆਪਦਾ ਆਪ ਬਣਾ ਕੇ ਖਾ ਲਿਆ ਕਰ ਪਰ ਗਾਹਾਂ ਵਾਸਤੇ ਮੈਂ ਨਹੀਂ ਇੰਨਾ ਸੁਣਨਾ ਵੀ ਤੂੰ ਇਹਨੂੰ ਇੰਨਾ ਕਰ ਪਾਏਂਗੀ ਤਾਂ ਕੀ ਹੋਏ ਮੰਮੀ ਜਦੋਂ ਮਰਜ਼ੀ ਹੋਣ ਜਦੋਂ ਮਰਜ਼ੀ ਜਾਣ ਦੀਦੇ ਹੀ ਘਰ ਆ ਕੋਈ ਦੀਦੀ ਜੀ ਕੁਛ ਨਹੀਂ ਪਸੰਦ ਆਇਆ ਮੈਂ ਦੁਬਾਰਾ ਲਿਆ ਦਿੰਦੀ ਹਾਂ ਲੈ ਹੁਣ ਦਾ 100 ਰੁਪਏ ਨਹੀਂ ਕੀ ਕਹਿ ਦਵੇ ਹੋ ਠੀਕ ਆ ਮੰਮੀ ਮੈਂ ਹੀ ਗਲਤ ਹਾਂ ਸੌਰੀ ਸਿੰਮੀ ਮੈਨੂੰ ਮਾਫ਼ ਕਰ ਦੇ ਯਾਰ ਨਹੀਂ ਦੀਦੀ ਮੈਨੂੰ ਨਹੀਂ ਕੋਈ ਗੱਲ ਨਹੀਂ ਚਾਹੀਦਾ ਸਹੀ ਗੱਲ ਆ ਮੇਰੇ ਕਿਹੜਾ ਜ਼ਿਆਦਾ ਧੀਆਂ ਨੇ ਤੂੰ ਕੱਲੀਆਂ ਹੀ ਆ ਉਹ ਤਾਂ ਹੈ ਉਹ ਵੀ ਕੱਲੀਆਂ ਹੀ ਆ ਨਾ ਮੈਨੂੰ ਤੂੰ ਸਿੱਟੀ ਆ ਨਾ ਮੈਨੂੰ ਉਹ ਸਿੱਟੀ ਆ ਮੰਮੀ ਮੈਂ ਕਹਿ ਤਾਂ ਰਹੀ ਹਾਂ ਸੌਰੀ ਮੇਰੇ ਤੋਂ ਗਲਤੀ ਹੋ ਗਈ ਬਸ ਮੈਨੂੰ ਮਾਫ਼ ਕਰ ਅੱਗੇ ਵਾਸਤੇ ਨਹੀਂ ਖੁਸ਼ ਆ ਆਪਾਂ ਖੁਸ਼ ਹੋ ਅੱਗੇ ਵਾਸਤੇ ਨਹੀਂ ਬੱਤੇ ਨੇ ਕੁਛ ਕਹਿਣਾ ਠੀਕ ਆ ਮਾਪੇ ਸਦਾ ਨਹੀਂ ਰਹਿੰਦੇ ਚਲੋ ਜੱਫੀ ਪਾ ਤੂੰ ਜਿਹਨੂੰ ਆਪਣਾ ਘਰ ਅਸੀਂ ਇਹ ਫਿਲਮ ਇਸ ਕਰਕੇ ਬਣਾਈ ਆ ਕਿ ਜਿਹੜੀਆਂ ਕੁੜੀਆਂ ਆਪਣੇ ਪੇਕੇ ਘਰ ਜਾ ਕੇ ਇੰਟਰਫੇਅਰ ਕਰਦੀਆਂ ਨੇ ਆਪਣੀਆਂ ਭਰਜਾਈਆਂ ਦਾ ਘਰ ਨਹੀਂ ਵਸਣ ਦਿੰਦੀਆਂ ਆਪਣੇ ਭਰਾਵਾਂ ਦੇ ਨਾਲ ਉਹਨਾਂ ਨੂੰ ਆਪਣੇ ਪੇਕੇ ਘਰ ਜਾ ਕੇ ਇੰਟਰਫੇਰੈਂਸ ਨਹੀਂ ਕਰਨੀ ਚਾਹੀਦੀ ਆਪਣੇ ਘਰ ਹੀ ਚੰਗੀ ਤਰ੍ਹਾਂ ਰਹਿ ਲਓ ਪਹਿਲਾਂ ਤੁਸੀਂ ਸਾਰਿਆਂ ਨੂੰ ਇਹ ਸਿੱਖਿਆ ਦਿੱਤੀ ਜਾਂਦੀ ਆ ਵੀ ਆਪਦੇ ਪੇਕੇ ਘਰ ਜਾ ਕੇ ਬਿਲਕੁਲ ਨਾ ਕੁਛ ਕਹੋ ਵੋਟੀਆਂ ਨੂੰ ਵਧੀਆ ਉਹ ਵੀ ਕਿਸੇ ਦੀਆਂ ਧੀਆਂ ਨੇ ਸਾਨੂੰ ਸਭ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਕਿਸ ਨਾਲ ਕੋਈ ਜੈਲਸੀ ਨਹੀਂ ਕੁਛ ਨਹੀਂ ਰੱਖਣਾ ਚਾਹੀਦਾ ਸਭ ਨੂੰ ਰਲ ਮਿਲ ਕੇ ਹੀ ਰਹਿਣਾ ਚਾਹੀਦਾ ਤੇ ਸਾਰਿਆਂ ਨੂੰ ਖੁਸ਼ੀਆਂ ਵੰਡਣੀਆਂ ਚਾਹੀਦੀਆਂ ਨੇ ਜੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਾ ਕਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਅਦ ਲਓ ਸ਼ਾਟ ਯਾਰ ਰੋਜੀ ਦੇ ਦੀ ਲਵਾ ਸ਼ਾਟ ਯਾਰ ਮੈਨੂੰ ਇੰਨਾ ਪਤਾ ਵੀ ਮੈਨੂੰ 5 ਵਜੇ ਸਵੇਰੇ ਚਾਹ ਆ ਜਾਣੀ ਆ ਪੀਣ ਉਹ ਵੀ ਦੁੱਧ ਚ ਪੱਤੀ ਪਾ ਕੇ ਤੂੰ ਕਰ ਲੈਗੀ ਕੀ ਕਹੀ ਇਹਨੇ ਸਹੀ ਸੀਗਾ ਫੇਰ ਕੀ ਸੀ
ਸ਼ਨ ਸਤਿ ਸ਼੍ਰੀ ਅਕਾਲ ਜੀ ਕੌਣ ਉਹ ਜਿੱਤਾਂ ਬੋਲਣਾ ਗਿਆ ਨਹੀਂ ਸੁਣਦਾ ਜੀ ਮਾਤਾ ਮੈਂ ਹੱਸੀ ਮਾਤਾ ਕਹਿੰਦੀ ਚਲੋ ਇਧਰ ਆਵਾਜ਼ ਆ ਰਹੀ ਹੈ ਅਗਲਾ ਕੋ ਪਾਗਲ ਟੀ ਓ ਯਾਰ ਚਲੋ ਚਲੋ ਐਕਸ਼ਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਇਸ ਮੂਵੀ ਨੂੰ ਬਣਾਉਣ ਦਾ ਮਕਸਦ ਇਹ ਆ ਕਿ ਹਮੇਸ਼ਾ ਹੀ ਕੁੜੀਆਂ ਆਪਣੇ ਪੇਕੇ ਘਰ ਜਾ ਕੇ ਆਪਣੇ ਪੇਕੇ ਘਰ ਦੇ ਵਿੱਚ ਇੰਟਰਫੇਅਰ ਕਰਦੀਆਂ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਵਸਣ ਨਹੀਂ ਦਿੰਦੀਆਂ ਭਰਾ ਭਰਜਾਈ ਨੂੰ ਨਗੋਚਾਂ ਕੱਢਦੀਆਂ ਨੇ ਕੰਮਾਂ ਦੇ ਵਿੱਚ ਇੱਦਾਂ ਨਹੀਂ ਕੱਢਣੀਆਂ ਚਾਹੀਦੀਆਂ ਆਪਣਾ ਪਿਆਰ ਨਾਲ ਆਉਣਾ ਚਾਹੀਦਾ ਐਕਸ਼ਨ ਇਹ ਕੀ ਆ ਯਾਰ ਕੀ ਕਰੀਏ ਸਹੀ ਹੋ ਯਾਰ ਸਹੀ ਬਾਬਾ ਜੀ ਸਹੀ ਡਾਇਲੋਗ ਬੋਲੋ ਸਾਰਿਆਂ ਨੂੰ ਰਿਕੁਐਸਟ ਆਪ ਮੰਨ ਕੇ ਸਟਾਰਟ ਕਿ ਨਹੀਂ ਕੀਤਾ ਸੋ ਇੱਕ ਵਾਰ ਐਕਸ਼ਨ ਕੀ ਕਰੀ ਦੇਖੀ ਐਕਸ਼ਨ ਦੇ ਰੰਗੀ ਆਪ ਆਪ ਇਹ ਕੀ ਕਰ ਰਹੇ ਹੋ ਇਹ ਕੀ ਆ ਤੇਰੇ ਮੂੰਹ ਵੱਲ ਦੇਖਾਂ ਸੋ ਤੇਰੇ ਮੂੰਹ ਪਹਿਲੇ ਹੋਇਆ ਬੱਪੂ ਨਹੀਂ ਤਾਂ ਬੜੇ ਸੀਰੀਅਸ ਹੋ ਗਏ ਹੁੰਦੇ ਆ ਫਿਰ ਕੋ ਪਹਿਲੇ ਆਏ ਕਰ ਖੜੀ ਮੇਰੀ ਮਰਜ਼ੀ ਨਾ ਚੱਲ ਕੈਮਰਾ ਵੱਲ ਚਲੋ ਕੈਮਰਾ ਵੱਲ ਚੱਕੋ ਚਲੋ ਹਾਂ ਐਕਸ਼ਨ ਬਾਅਦ ਲਵਾਂ ਸ਼ਾਟ ਯਾਰ ਸਾਡਾ ਇਹ ਫਿਲਮ ਨੂੰ ਬਣਾਉਣ ਦਾ ਮਕਸਦ ਇਹ ਆ ਮਕਸਦ ਮਕਸਦ ਮਾਜੀ ਨਾ ਕਹਿ ਦਿੰਦੀ ਚਲ ਆ ਜਾ ਮਕਸਦ ਬਰਦਾਸ਼ਤ ਵਾਲੀ ਗੱਲ ਨਹੀਂ ਸੀ ਇਹ ਦਾਲ 'ਚ ਕੁਝ ਪਿਆ ਹੋਇਆ ਸੀ ਮਕਸਦ ਖਰਾਬ ਹੋ ਗਿਆ ਐਕਸ਼ਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਇਸ ਫਿਲਮ ਨੂੰ ਬਣਾਉਣ ਦਾ ਮਕਸਦ ਯਾਰ ਤੂੰ ਕੀ ਕਰੀ ਜਾਂਦੀ ਆ ਮਸਕ ਨਾਲ ਗਿਆ ਮਜ ਦੇ ਦਿਆ ਤੈਨੂੰ ਬਚਣੀ ਆ ਚਲੋ